ਕੈਨੇਡਾ ਵਿੱਚ ਸਖਤ ਇਮੀਗ੍ਰੇਸ਼ਨ ਨੀਤੀਆਂ ਨੇ ਨਾ ਸਿਰਫ ਪੰਜਾਬ ਦੇ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੇ ਅੰਕੜੇ ਵਧਾਏ ਹਨ ਸਗੋਂ ਸੂਬੇ ਦੀ ਸਥਾਨਕ ਰਾਜਨੀਤੀ ਵੱਲ ਵੀ ਨੌਜਵਾਨ ਆਕਰਸ਼ਿਤ ਹੋਣ ਲੱਗੇ ਹਨ ਕਈ ਨੌਜਵਾਨ ਜੋ ਪਹਿਲਾਂ ਵਿਦੇਸ਼ਾਂ ਵਿੱਚ ਨੌਕਰੀਆਂ ਕਰਦੇ ਸਨ ਹੁਣ ਪੰਜਾਬ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣੇ ਜਾ ਰਹੇ ਹਨ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ ਪਰ ਜਿੰਨਾ ਪਿੰਡਾਂ ਵਿੱਚ ਉਮੀਦਵਾਰ ਸਰਬਸੰਮਤੀ ਨਾਲ ਚੁਣੇ ਗਏ ਹਨ ਉੱਥੇ ਕੋਈ ਪੋਲਿੰਗ ਨਹੀਂ ਹੋਵੇਗੀ ਕੈਨੇਡਾ ਵਿੱਚ ਫਲ ਲਦਣ ਟ੍ਰੈਫਿਕ ਦਾ ਪ੍ਰਬੰਧ ਜਾਂ ਉਸਾਰੀ ਦਾ ਕੰਮ ਕਰਨ ਵਾਲੇ ਇਹ ਨੌਜਵਾਨ ਆਪਣੇ ਪਿੰਡਾਂ ਦੀ ਅਗਵਾਈ ਕਰਨ ਲਈ ਪੰਜਾਬ ਵਾਪਸ ਪਰਤੇ ਹਨ ਉਹ ਹੁਣ ਪਿੰਡਾਂ ਦੇ ਵਿੱਤ ਪ੍ਰਬੰਧਨ ਵੇਖਣਗੇ ਤੇ ਨਵੇਂ ਪ੍ਰੋਜੈਕਟਾਂ ਦੀ ਯੋਜਨਾ ਬਣਾਉਣਗੇ ਅਤੇ ਆਪਣੇ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਦੂਰ ਕਰਨਗੇ ਬਾਈ ਸਾਹਬ ਦੇ ਸ਼ਵਰਾਜ ਸਿੰਘ ਢਿੱਲੋਂ ਸੰਭਾਵਿਤ ਤੌਰ ਤੇ ਪੰਜਾਬ ਦੇ ਸਭ ਤੋਂ ਨੌਜਵਾਨ ਸਰਪੰਚ ਹਨ ਉਹ ਕੈਨੇਡਾ ਵਿੱਚ ਇੱਕ ਗੋਦਾਮ ਵਿੱਚ ਫਲ ਤੇ ਸਬਜ਼ੀ ਲੱਧੰਦਾ ਕੰਮ ਕਰਦੇ ਸਨ ਹੁਣ ਦਸਤਾਲ ਸਜਾਈ ਸਿੱਖ ਪੈਰਾਬੇ ਵਿੱਚੋਂ ਧਰਮਕੋਟ ਮੋਗਾ ਵਿੱਚ ਕਲੋਟੀ ਦੇ ਪਿੰਡ ਵਾਸੀਆਂ ਦਾ ਸਰਵਸੰਮਤੀ ਨਾਲ ਸਰਪੰਚ ਚੁਣ ਲਈ ਧੰਨਵਾਦ ਕਰ ਰਹੇ ਹਨ ਢਿੱਲੋ ਮਾਰਚ ਵਿੱਚ ਲੈਫਟਨ ਕਾਲਜ অন্ਟਾਰੀਓ ਵਿੱਚ ਅੰਤਰਰਾਸ਼ਟਰੀ ਵਪਾਰ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਕੈਨੇਡਾ ਤੋਂ ਵਾਪਸ ਭਾਰਤ ਪਰਤਿਆ ਹੈ ਅਤੇ ਇੱਕ ਗਦਾਮ ਵਿੱਚ ਕੰਮ ਕਰਕੇ 16 ਕੈਨੇਡੀਅਨ ਡਾਲਰ ਪ੍ਰਤੀ ਘੰਟਾ ਉਹ ਕਮਾਉਂਦਾ ਹੁੰਦਾ ਸੀ ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾੜੀ ਢੌਂਸ ਦੇ ਪਤੇਜੇ ਨਵੇਂ ਸਰਪੰਚ ਢਿੱਲੋ ਉਨੇ ਕਿਹਾ ਕਿ ਸ਼ੁਰੂਆਤ ਵਿੱਚ ਮੈਂ ਕੈਨੇਡਾ ਜਾਣ ਵਿੱਚ ਦਿਲਚਸਪੀ ਨਹੀਂ ਰੱਖਦਾ ਸੀ ਪਰ ਜਦੋਂ ਮੈਂ ਆਪਣੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਆਇਲੈਂਡਸ ਦੀ ਤਿਆਰੀ ਕਰਦੇ ਦੇਖਿਆ ਤਾਂ ਮੈਂ ਵੀ ਅਜਿਹਾ ਕਰਨ ਦਾ ਫੈਸਲਾ ਕੀਤਾ ਮੈਂ ਆਪਣੇ ਸਾਥੀਆਂ ਦੇ ਸਾਹਮਣੇ ਅਸਫਲ ਨਹੀਂ ਹੋਣਾ ਚਾਹੁੰਦਾ ਸੀ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ 6.5 ਬੈਂਡ ਸਕੋਰ ਕਰਨ ਤੋਂ ਬਾਅਦ ਟਿਲੋ 2021 ਵਿੱਚ ਕੈਨੇਡਾ ਲਈ ਰਵਾਨਾ ਹੋ ਗਿਆ ਟਿਲੋ ਆਪਣੇ ਬਿਮਾਰ ਚਾਚੇ ਦੀ ਦੇਖਭਾਲ ਲਈ ਪੰਜਾਬ ਵਾਪਸ ਪਰਤਿਆ ਹੈ ਅਤੇ ਸਰਪੰਚ ਲਈ ਚੋਣ ਲੜਨ ਲਈ ਉਹ ਉਤਸ਼ਾਹਿਤ ਸੀ ਪਿੰਡ ਦੇ ਵਿਕਾਸ ਲਈ ਉਹਨਾਂ ਦੀਆਂ ਯੋਜਨਾਵਾਂ ਵਿੱਚ ਲੜਕਾ ਨੂੰ ਸੁਧਾਰਨਾ ਖਾਲੀ ਪਈਆਂ ਅਧਿਆਪਨ ਅਸਾਮੀਆਂ ਨੂੰ ਪਰਵਾਉਣਾ ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਠੋਸ ਰਹਿੰਦ ਖੂਨ ਪ੍ਰਬੰਧਨ ਨੂੰ ਵਧਾਉਣਾ ਸ਼ਮਸ਼ਾਨ ਘਾਟ ਨੂੰ ਆਪਰੇਟ ਕਰਨ ਸਮੇਤ ਕਈ ਕੰਮ ਉਸਦੇ ਏਜੰਡੇ ਉੱਪਰ ਹਨ ਜੋ ਸਰਪੰਚ ਬਣ ਤੋਂ ਬਾਅਦ ਉਸਨੇ ਕਰਨੇ ਹਨ ਮੋਗਾ ਦੇ ਪਿੰਡ ਪਿੰਡਰ ਕਲਾ ਦੇ ਨਵੇਂ ਚੁਣੇ ਗਏ ਸਰਪੰਚ ਹਰਿੰਦਰ ਸਿੰਘ ਸਰਾ ਕੈਨੇਡਾ ਦੀ ਪੱਕੀ ਰਹਿائش ਰੱਖਣ ਦੇ ਬਾਵਜੂਦ ਪਿਛਲੇ ਸਾਲ ਕੈਨੇਡਾ ਤੋਂ ਵਾਪਸ ਪਰਤੇ ਹਨ ਸਾਰੀ ਵਿੱਚ ਆਪਣੇ 5 ਸਾਲਾਂ ਦੇ ਠਹਿਰਾ ਦੌਰਾਨ ਹਰਿੰਦਰ ਨੇ ਪੈਸਟ ਕੰਟਰੋਲ ਇਲੈਕਟ੍ਰੀਸ਼ੀਅਨ ਰੀਅਲਟਰ ਅਤੇ ਉਸਾਰੀ ਵਾਲੀਆਂ ਥਾਵਾਂ ਤੇ ਕੰਮ ਕੀਤਾ ਉਹ ਆਪਣੀਆਂ ਜੜ੍ਹਾਂ ਨਾਲ ਮੁੜ ਜੁੜਨ ਲਈ ਵਾਪਸ ਪਰਤੇ ਹਨ ਅਤੇ ਸਥਾਨਕ ਵਿਧਾਇਕ ਟੌਂਸ ਤੋਂ ਪ੍ਰੇਰਿਤ ਹਨ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਨ ਆਵਾਜ਼ بلند ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ ਕਯੂਆਰ ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ